ਤੁਹਾਡੇ ਲੈ ਜਾਣ ਦੇ ਸਟੇਸ਼ਨ 'ਤੇ ਜਾ ਰਹੇ ਹਾਂ, ਕਿਲਾ ਸੋਭਾ ਸਿੰਘ ਸਟੇਸ਼ਨ, ਅਤੇ ਅਸੀਂ ਲਾਹੌਰੋਂ ਆਏ ਹਾਂ। ਇਹ ਤੁਹਾਨੂੰ ਆਪਣੇ ਪਿੰਡ ਦਾ ਮੈਣਕ ਆਉਣ ਲੱਗੇ ਹਾਂ, ਅਤੇ ਅੱਲਾ ਦੇ ਹੁਕਮ ਨਾਲ ਸਾਡਾ ਪਿੰਡ ਸੋਹਣਾ ਸੁਨੱਖਾ ਹੈ। ਇਹ ਸਿੱਖ ਅਤੇ ਜਦੋਂ ਪਾਕਿਸਤਾਨ ਅਤੇ ਇੰਡੀਆ ਇਕੱਠੇ ਹੁੰਦੇ ਸੀ ਨਾ, ਇਹ ਉਹਨਾਂ ਦਾ ਸਟੇਸ਼ਨ ਹੈ ਸਾਡਾ, ਤੁਸੀਂ ਵੇਖ ਸਕਦੇ ਜੀ। ਵਾਹ ਜੀ, ਸਟੇਸ਼ਨ ਦਾ ਨਾਂ ਕੀ ਹੈ ਜੀ? ਕਿਲਾ ਸੋਭਾ ਸਿੰਘ, ਚੈੱਕ ਕਰਾਓ। ਅੱਛਾ ਜੀ, ਕਿਲਾ ਸੋਭਾ ਸਿੰਘ ਸਟੇਸ਼ਨ ਆ ਗਿਆ। ਸਾਹਿਬ, ਲੋਕਾਂ ਨੇ ਇਹਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂਜੀ, ਪਰ ਕਿਲਾ ਸੋਭਾ ਸਿੰਘ ਹੀ ਰਹੇਗਾ, ਅਤੇ ਉਸ ਪਾਸੇ ਉਹਨਾਂ ਨੇ ਲਿਖਿਆ ਜੀ ਕਿਲਾ ਅਹਿਮਦਾਬਾਦ, ਪਰ ਚੱਲਦਾ ਕਿਲਾ ਸੋਭਾ ਸਿੰਘ ਹੀ ਹੈ। ਇਹ ਵੇਖ ਸਕਦੇ ਕਿਲਾ ਸੋਭਾ ਸਿੰਘ ਹੀ ਲਿਖਿਆ, ਇਹ ਨਹੀਂ ਬਦਲਿਆ, ਇਹ ਉਹ ਹੀ ਹੈ। ਹਾਂਜੀ, ਨਾਂ ਨਹੀਂ ਬਦਲ ਰਿਹਾ ਜੀ। ਸਾਹਿਬ, ਹੁਣ ਤੁਹਾਨੂੰ ਕਿੱਧਰ ਲੈਣੇ ਜਾ ਰਹੇ? ਪਿੰਡ ਦਾ ਮਦਰਸਾ ਜੀ, ਉਹ ਵੇਖ ਸਾਹਮਣੇ ਜਿਹੜਾ, ਹਾਂਜੀ, ਕਿਲਾ ਅਹਿਮਦਾਬਾਦ ਦਾ ਮਦਰਸਾ ਹੈ। ਨਾਲ ਹੀ ਸਾਡੇ ਫੁੱਫੀ ਦੇ ਮੁੰਡੇ ਦੀਆਂ ਪੈਲੀਆਂ ਨੇ ਸਾਰੀਆਂ ਨਜ਼ਰ ਆਉਣ ਡੀਆਂ ਹੋਣੀਆਂ ਤੁਹਾਨੂੰ ਕਿਤੇ। ਹਾਂਜੀ, ਹੈ ਸਾਰੀ ਉਹੀ ਹੈ, ਨਜ਼ਰ ਆ ਹੀ ਤੁਹਾਨੂੰ। ਅਤੇ ਉਹ ਨਾਲ ਹੀ ਭਰਾ ਹੈਗਾ, ਉਹ ਹੋਸਪਿਟਲ ਹੈਗਾ, ਵੇਖ ਸਕਦੇ ਜੀ ਤੁਸੀਂ। ਅਤੇ ਅਸੀਂ ਤੁਹਾਨੂੰ ਆਪਣਾ ਪਿੰਡ ਫਿਰਾ ਰਹੇ ਹਾਂ, ਅਤੇ ਅੱਲਾ ਦੇ ਹੁਕਮ ਨਾਲ ਪਿੰਡ ਸਾਡਾ ਸੋਹਣਾ, ਉਹ ਕੋਈ ਗੱਲ ਨਹੀਂ। ਅੱਛਾ, ਜਾ ਕਿੱਧਰ ਰਹੇ ਹਾਂ? ਜਾਣ ਅਸੀਂ ਡਏ ਹਾਂ ਅਤੇ ਇੱਥੋਂ ਤੁਹਾਨੂੰ ਪਲੇਟਫਾਰਮ 'ਤੇ ਲੈ ਕੇ ਜਾ ਰਹੇ ਹਾਂ, ਕਿਲਾ ਸੋਭਾ ਸਿੰਘ। ਕਿਲਾ ਸੋਭਾ ਸਿੰਘ, ਅੱਛਾ, ਇਹਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਲੋਕਾਂ ਨੇ ਦੁਆਵਾਂ ਨਾਲ ਆਇਆ ਹੀ ਨਾ ਰਹੇ। ਅੱਲਾ ਦੇ ਹੁਕਮ ਨਾਲ ਲੈਣ ਜੀ, ਕਿਲਾ ਸੋਭਾ ਸਿੰਘ ਹੀ ਰਹੇਗਾ। ਕਿਲਾ ਅਹਿਮਦਾਬਾਦ ਦਾ ਲਿਖਣ ਦੀ ਬੜੀ ਉਹਨਾਂ ਕੋਸ਼ਿਸ਼ ਕੀਤੀ, ਪਰ ਇਹਨਾਂ ਨੇ ਸਾਡੀ ਹਕੂਮਤ ਨੇ, ਪਾਕਿਸਤਾਨ ਹਕੂਮਤ ਦੇ ਪੰਜਾਬ ਹੁਣ ਦਿੱਤਾ, ਕਿਉਂਕਿ ਉਹੀ ਰਹੇਗਾ ਜੋ ਨਾਮ ਹੈਗਾ ਇਹਦਾ ਸ਼ੁਰੂ ਤੋਂ। ਪੁਰਾਣਾ ਨਾਮ ਹੀ ਚੱਲੇਗਾ, ਨਵਾਂ ਨਾਂ ਨਹੀਂ, ਨਵਾਂ ਨਾਂ ਨਹੀਂ ਹੁਣ ਦਿੱਤਾ ਜੀ। ਉਹ ਨਕੀਰ ਅਹਿਮਦਾਬਾਦ ਕਿਹਾ ਜੀ ਇਹ ਲਿਖਣਾ ਜੀ, ਉਹਨਾਂ ਕਹਿੰਦਾ ਨਹੀਂ ਜੀ, ਇਹ ਉਹ ਨਹੀਂ, ਉਹੀ ਰਹੇਗਾ ਜਿਹੜਾ ਪਹਿਲੇ ਵਾਲਾ। ਅਤੇ ਉਹ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ, ਯਾਨੀ ਕਿ ਆਪਣੀ ਪੈਲੀਆਂ ਨਾਲ ਪੈਲੀਆਂ ਆਪਣੀਆਂ ਨੇ ਸਾਰੀਆਂ, ਅਤੇ ਵੱਡੀਆਂ ਗਈਆਂ ਨੇ ਹੁਣ ਹੈ ਜੀ। ਹੁਣ ਅਸੀਂ ਆ ਗਿਆ ਪਲੇਟਫਾਰਮ 'ਤੇ। ਹਾਂ ਜੀ, ਇਹ ਦੇਖ ਸਕਦੇ ਜੀ ਤੁਸੀਂ ਲਿਖਿਆ ਹੈ ਕਿਲਾ ਅਹਿਮਦਾਬਾਦ, ਠੀਕ ਹੈ ਜੀ। ਇਹ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇਹਦਾ ਨਾਮ ਬਦਲਿਆ ਜਾਏ, ਪਰ ਬਦਲ ਨਹੀਂ ਦਿੱਤਾ। ਅਤੇ ਕਿਲਾ ਸੋਭਾ ਸਿੰਘ ਹੀ ਰਹੇਗਾ, ਕਿਲਾ ਸੋਭਾ ਸਿੰਘ ਹੀ ਰਹੇਗਾ। ਅਤੇ ਉਹ ਜਿੱਧਰ ਬੱਸਾਂ ਚੱਲਦੀਆਂ ਅੱਡੇ ਵਾਲੇ, ਉਹਨਾਂ ਨੇ ਲਿਆ ਮਾੜਾ ਮੋਟਾ, ਉਹ ਲਿਖੀ ਫਿਰ ਉਹਨਾਂ ਦਾ ਕੋਈ ਮਸਲਾ ਨਹੀਂ, ਉਹਨਾਂ ਦਾ ਆਪਣਾ ਫੇਲ ਹੈਗਾ, ਉਹਨਾਂ ਨੇ ਕਿਲਾ ਅਹਿਮਦਾਬਾਦ ਲਿਖਿਆ, ਪਰ ਇਹਦਾ ਨਾਂ ਜਿਹੜਾ ਹੈਗਾ ਕਿਲਾ ਸੋਭਾ ਸਿੰਘ ਹੀ ਚੱਲੇਗਾ। ਅਤੇ ਆਓ ਤੁਹਾਨੂੰ ਅੱਗੇ ਅਸੀਂ ਖੂਹ ਇੱਕ ਬਹਾਨੇ ਹਾਂ, ਪਹਿਲੇ ਉਸ ਖੂਹ 'ਤੇ ਪਾਣੀ ਨਿਕਲਦਾ ਹੁੰਦਾ ਸੀ, ਉਹਨਾਂ ਨੇ ਪੂਰਤਾ ਹੈ ਪਿੰਡ ਵਾਲਿਆਂ ਨੇ ਪੂਰਤਾ, ਬੰਦ ਕਰਤਾ। ਹਾਂਜੀ, ਬੱਚਿਆਂ ਦੀ ਖੇਡ ਬਣਾ, ਹਾਂ ਬੱਚਿਆਂ ਖੇਡ ਬਣਾ, ਖਤਰਾ ਸੀ ਬੱਚੇ ਕੋਲ ਡਿੱਗਣਾ ਡੁੱਬ ਪੈਣ, ਉਹੀ ਪਾਣੀ ਕੱਢਦੇ ਰਹੇ ਹਾਂ, ਉਹ ਯਾਦਗਿਰੀ ਸੀ ਸਾਡੀ, ਪਰ ਉਹਨਾਂ ਨੇ ਬੰਦ ਕਰਤਾ, ਉਹਨਾਂ ਨੇ ਪੂਰਤਾ। ਅਤੇ ਹਾਂ, ਇਹ ਜਾ ਰਹੀ ਹੈ ਜੀ, ਚਮੁੰਡੇ ਜਾ ਰਹੀ, ਕਸਰੂਰ ਚਮੁੰਡਾ ਸੈਕਟਰ ਹੈ। ਹਾਂਜੀ, ਇਹ ਕੌਣ ਪਿਆ ਹੈ? ਪਹਿਲੇ ਦਾ ਹੀ ਕਿਤੇ ਇੰਜੀ ਦਾ ਇੰਜੀ ਹੈ, ਮੱਝਾਂ ਬੰਨਣੀਆਂ ਸ਼ੁਰੂ ਕਰਤੀ, ਉਹ ਤਾਂ ਫਿਰ ਸ਼ੁਰੂ ਤੋਂ ਬਣੀ ਨਹੀਂ ਆਈਆਂ ਨੇ, ਉਹ ਤਾਂ ਕੋਈ ਮਸਲਾ ਨਹੀਂ ਹੈਗਾ। ਹਾਂਜੀ, ਅੱਛਾ, ਹੁਣ ਤੁਸੀਂ ਸਾਨੂੰ ਵਾਹਨ ਜਾ ਰਹੇ ਕਿ ਖੂਹ? ਇਹ ਖੂਹ ਤੋਂ ਦਿਖਾਉਣ ਜਾ ਰਹੇ ਹਾਂ ਕਿ ਇਹ ਪਹਿਲੇ ਖੂਹ ਹੁੰਦਾ, ਇੱਥੇ ਪਾਣੀ ਅਸੀਂ ਕੱਢਦੇ ਰਹੇ ਹਾਂ, ਸਾਡੇ ਵੱਡੇ ਵੀ ਕੱਢਦੇ ਰਹੇ ਨੇ, ਅਸੀਂ ਵੇਖਦੇ ਰਹੇ ਹਾਂ, ਪਰ ਹੁਣ ਜਿਹੜਾ ਨਾ ਇਹ ਪੂਰਿਆ ਗਿਆ, ਉਹਨਾਂ ਨੇ ਪੂਰਤਾ, ਅਤੇ ਇਹ ਤੁਹਾਨੂੰ ਵਹਾਨੇ ਹਾਂ, ਯਾਨੀ ਕਿ ਬੰਦ ਕਰਤਾ, ਬੰਦ ਕਰਤਾ, ਬੱਚਿਆਂ ਦੀ ਖੇਡ ਬਣ, ਬੱਚਿਆਂ ਦੀ ਖੇਡ ਬਣ ਗਈ। ਵਾਹ ਜੀ, ਵੇਖੋ ਉਹ ਵੇਖੋ ਸਾਹਿਬ, ਇਹ ਖੂਹ ਹੈ। ਹਾਂਜੀ, ਇਹ ਪਹਿਲੇ ਖੂਹ ਹੋਇਆ ਕਰ ਦੱਸਿਆ, ਬਾਲਟੀਆਂ ਲਮਕਾਈ ਦੀਆਂ। ਹਾਂਜੀ, ਇਹ ਆਲੇ ਦੁਆਲੇ ਚੈੱਕ ਕਰ ਸਕਦੇ ਜੀ, ਇਹ ਖੂਹ ਹੁੰਦਾ ਸੀ ਪਹਿਲੇ, ਅਤੇ ਹੁਣ ਇਹਨਾਂ ਖਤਮ ਕਰਤਾ ਹੈ। ਅਤੇ ਇਹ ਪਿੰਡ ਦੀਆਂ ਯਾਦਗਾਰਾਂ ਜਿਹੜਾ ਮਿਟਾਈ ਜਾ ਰਹੇ ਅਸਰਾਤਾਂ, ਕਿਉਂਕਿ ਇਹ ਯਾਦਗਿਰੀ ਪੁਰਾਣੀ ਹੈ, ਰਹਿਣ ਦੇਣ ਦੇ ਨੇ ਪਿੰਡ ਵਾਲੇ, ਪਿੰਡਾਂ ਵਾਲਿਆਂ ਨੇ ਰਲ ਮਿਲ ਕੇ
ਇਹਨਾਂ ਨੂੰ ਪੂਰ ਛੱਡਿਆ, ਯਾਨੀ ਕਿ ਬੱਚੇ ਡਰ ਹੀ ਰਹਿੰਦਾ ਸੀ ਇੱਥੇ ਕੋਈ ਹਾਦਸੇ ਵੀ ਹੋ ਜਾਣੇ, ਉਹ ਬੱਚਾ ਕੋਈ ਸੱਟ ਜਾਂਦਾ ਸੀ, ਕੋਈ ਵਾਧੇ ਕੱਟੇ, ਇਸ ਕਰਕੇ ਅਸੀਂ ਉਹਨਾਂ ਨੂੰ ਬਿਹਤਰੀ ਕੀਤੀ ਕਿ ਇਹਨਾਂ ਨੂੰ ਪੂਰਤਾ, ਉਹ ਕੋਈ ਨਹੀਂ ਸਹੀ ਕੰਮ। ਹਾਂਜੀ ਡੂੰਘਾ ਬਾਬਾ ਸੀ, ਡੂੰਘਾ ਬਾਬਾ ਸੀ, ਪਾਣੀ ਸਾਫ਼ ਹੁੰਦਾ ਸੀ ਜੀ ਇੱਥੇ, ਪਾਣੀ ਅਸੀਂ ਪੀਂਦੇ ਰਹੇ ਹਾਂ, ਕੱਢ ਕੇ ਪੀਂਦੇ ਰਹੇ ਹਾਂ, ਪਾਣੀ ਸਾਫ਼ ਸੀ। ਇਹ ਪਰ ਉਸ ਵਜ੍ਹਾ ਜਦੋਂ ਨਲਕੇ ਲੱਗ ਗਏ ਨੇ, ਟੂਟੀਆਂ ਲੱਗ ਗਈਆਂ ਨੇ, ਅਤੇ ਬਾਅਦ ਫਿਰ ਇਹਨੂੰ ਆਸਾ ਤਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਹਾਦਸੇ ਹੋਣ ਲੱਗ ਪਏ ਸੀ, ਲੋਕਾਂ ਦੇ ਬਾਲ ਵਿੱਚ ਡਿੱਗ ਪੈਂਦੇ ਸੀ, ਵਾਧੇ ਘੱਟ ਤੁਹਾਨੂੰ ਪਤਾ ਹੈ ਸਿੱਖਾਂ ਦੇ ਸਿੱਖ ਤਰ੍ਹਾਂ ਦੇ ਉਹਨਾਂ ਬਣਿਆ ਹੋਇਆ, ਇਹ ਸਿੱਖਾਂ ਦੇ ਵਕਤ ਦੇ ਬਣੇ ਨੇ ਜੀ, ਇਹ ਤੁਹਾਨੂੰ ਨਜ਼ਰ ਆਉਣ ਡੇ ਹੋਣੇ ਨੇ, ਸਿੱਖਾਂ ਦੇ ਬਣੇ ਨੇ। ਉਹ ਤੁਸੀਂ ਵੇਖਦਾ ਹੋਸਪਿਟਲ ਚੈੱਕ ਕਰੋ, ਹਾਂ ਉਹ ਹੋਸਪਿਟਲ ਪੁਰਾਣਾ ਹੈ, ਉਹ ਚੈੱਕ ਕਰੋ, ਸਾਰਾ ਪੁਰਾਣਾ ਹੈ, ਇਹ ਗਲਿਆ ਪਿਆ ਹੈ, ਉਦੋਂ ਦੇ ਬਣਿਆ ਸਿੱਖਾਂ ਦੇ ਵੇਲੇ ਦਾ। ਇਹ ਸਿੱਖ ਅਤੇ ਪਾਕਿਸਤਾਨ ਇਕੱਠੇ ਇੱਥੇ ਰਹਿੰਦੇ ਰਹੇ ਨੇ ਨਾ, ਕਰਦੇ ਰਹੇ ਨੇ, ਅਤੇ ਪੁਰਾਣੀਆਂ ਜਗ੍ਹਾ ਨੇ, ਇਹ ਪੁਰਾਣੀਆਂ ਜਗ੍ਹਾ ਨੇ, ਇਮਾਰਤਾਂ ਇੱਥੇ ਦੀਆਂ ਇਮਾਰਤਾਂ, ਅਤੇ ਸਿੱਖਾਂ ਦੀ ਪੁਰਾਣੀ ਇਮਾਰਤ ਹੈ, ਉਹ ਵੀ ਤੁਹਾਨੂੰ ਵਿਖਾਉਂਦੇ ਹਾਂ ਅਸੀਂ, ਉਹ ਟੁੱਟ ਭੱਜ ਗਈ ਉਹ, ਅਤੇ ਲੇਕਿਨ ਉਹਨਾਂ ਦੇ ਹੱਥਾਂ ਦੀ ਬਣੀ ਹੋਈ, ਉਹਨਾਂ ਦੇ ਨਾਂ ਨਹੀਂ ਰਹਿ ਗਏ ਹੁੰਦੇ, ਗੁਲਾਮ ਮੁਹੰਮਦ, ਗੁਲਾਮ ਹੁਸੈਨ, ਹਾਂ ਇਨਸਾਨ ਸਾਨੂੰ ਲੈ ਕੇ ਜਾ ਰਹੇ ਹੁਣ ਪੁਰਾਣੀਆਂ ਯਾਦਾਂ ਵਿਖਾਉਣ ਵਾਸਤੇ, ਪੁਰਾਣੀਆਂ ਯਾਦਾਂ ਕੀ ਵਿਖਾਉਣੇ, ਰਾਹ ਹੀ ਕੋਈ ਨਹੀਂ ਹੈਗਾ, ਇਹਦੇ ਨਾਲ ਅਸੀਂ ਸੁੱਖ ਕਰ ਲੈਂਦੇ ਹਾਂ, ਅਤੇ ਨਾਲ ਔਖਾ ਵੇਲਾ ਵੀ ਸਾਹਿਬ ਤੁਹਾਨੂੰ ਸੈਕਟਰੀ ਨੇ ਸਾਡੇ ਨਾਲ ਲੈ ਕੇ ਜਾ ਰਹੇ ਨੇ, ਆ ਵੇਖੋ ਨਵੀ ਸਾਹਿਬ ਹੁਣ ਸਾਨੂੰ ਤੁਸੀਂ ਲੈ ਕੇ ਜਾ ਰਹੇ ਪੁਰਾਣੀਆਂ ਇਮਾਰਤਾਂ ਵਿਖਾਉਣ ਵਾਸਤੇ। ਹੈ ਵੇਖੋ ਜੀ ਆ ਪੁਰਾਣੇ ਡਾਕਟਰ ਨਦੀਮ ਸਾਹਿਬ ਨੇ, ਡਾਇਰੈਕਟਰ ਇੱਥੇ ਛੱਪੜ ਹੁੰਦਾ ਸੀ ਪਹਿਲੇ, ਬੜਾ ਵੱਡਾ ਵੱਡਾ ਬੜਾ ਵੱਡਾ ਛੱਪੜ ਸੀ, ਅਤੇ ਹੁਣ ਤਾਂ ਪੂਰਿਆ ਗਿਆ ਜੀ, ਚੈੱਕ ਕਰ ਲਓ ਛੋਟਾ ਜਿਹਾ ਰਹਿ ਗਿਆ, ਗੰਦ ਹੁਣ ਪੈ ਗਿਆ, ਗੰਦ ਪੈ ਗਿਆ, ਪਰ ਪਹਿਲੇ ਇੱਥੇ ਛੱਪੜ, ਇੱਥੇ ਮੱਝਾਂ ਨਹਾਉਂਦੀਆਂ ਨਹੀਂ ਜਾਣੇ, ਆਸਾ ਤਾਂ ਬੰਦ ਡੂੰਘਾ ਸੀ, ਬਹੁਤ ਡੂੰਘਾ ਸੀ, ਅਸੀਂ ਆਪ ਇੱਥੇ ਆਉਂਦੇ ਰਹੇ ਹਾਂ। ਨਦੀਮ ਸਾਹਿਬ ਹੁਣ ਤੁਸੀਂ ਸਾਨੂੰ ਪੁਰਾਣੀਆਂ ਇਮਾਰਤਾਂ ਪੁਰਾਣੀਆਂ ਯਾਦਾਂ ਵਿਖਾਉਣ ਜਾ ਰਹੇ, ਇਸ ਇਹ ਪੁਰਾਣੀਆਂ ਬਹੁਤ ਬੋਰਡ ਪੁਰਾਣਾ, ਇੱਥੇ ਤੋਤੇ ਹੁੰਦੇ ਫੜਦੇ ਰਹੇ ਨੇ, ਨਿੱਕੇ ਹੁੰਦੇ ਅਸੀਂ ਤੋਤੇ ਫੜਦੇ ਰਹੇ ਹਾਂ, ਅਤੇ ਇਹ ਹੁਣ ਅੱਜ ਕੱਲ੍ਹ ਤੋਤੇ ਨਹੀਂ ਨਿਕਲਦੇ, ਅੱਜ ਕੱਲ੍ਹ ਤੋਤੇ ਭੱਜ ਭੁੱਜ ਗਏ ਨੇ, ਪੁਰਾਣੀ ਇਮਾਰਤ ਹੈ, ਨਹੀਂ ਉਹ ਪੁਰਾਣੀ ਇਮਾਰਤ ਉਹ ਜਿਹੜੇ ਇਹਨੂੰ ਖਤਮ ਹੋ ਗਈ ਹੈ, ਖਤਮ ਕਰ, ਹਾਂ ਨਹੀਂ ਉਹ ਉਹਦੇ ਨਾਂ ਨਿਸ਼ਾਨ ਨਹੀਂ ਹੈ, ਤੇ ਕਹਿੰਦੇ ਵੀ